ਦੋਸਤੋ, ਇਸ ਇੱਕ ਗੱਲ ਨੋਟ ਕਰ ਲਿਆ ਜੀ ਵੀ ਇਸ ਧਰਨੇ ਦੇ ਵਿੱਚ ਜਿਨ੍ਹਾਂ ਦੇ ਕੋਲ ਜ਼ਮੀਨ 5 ਕਿੱਲੇ ਆ, 5 ਕਿੱਲੇ ਤੋਂ ਘੱਟ ਆ, ਉਹ ਕਿਸਾਨ ਸਭ ਤੋਂ ਵੱਧ ਗਿਣਤੀ ਵਿੱਚ ਪਹੁੰਚੇ ਨੇ। ਕਿਉਂਕਿ ਮੈਂ ਜਿੱਥੋਂ ਤੱਕ ਮੈਂ ਦੇਖਿਆ ਵੀ ਘੱਟੋ ਘੱਟ ਲਾ ਲਓ ਵੀ ਤੁਸੀਂ 60% ਕਿਸਾਨ ਉਹ ਹਨ ਜਿਨ੍ਹਾਂ ਕੋਲ 5 ਕਿੱਲੇ ਤੋਂ ਘੱਟ ਜ਼ਮੀਨ, ਅਤੇ ਉਹੀ ਕਿਸਾਨ ਜ਼ਿਆਦਾ ਇਸ ਵਕਤ ਧਰਨੇ ਦੇ ਪਹੁੰਚੇ ਨੇ। ਜਿਹੜੇ 50-60 ਕਿੱਲਿਆਂ ਵਾਲੇ ਕਿਸਾਨ ਨੇ, ਉਹਨਾਂ ਨੇ ਤਾਂ 30,000 'ਤੇ ਬੰਦੇ ਰੱਖ ਕੇ ਭੇਜੇ ਨੇ, ਕਈ ਘਰਾਂ ਨੇ, ਕਈ ਵੀਡੀਓ ਆਈਆਂ ਨੇ। ਤਾਂ ਦੋਸਤੋ, ਮੈਂ ਇਹੀ ਗੱਲ ਕਹਿਣਾ ਵੀ ਚਲੋ ਆਪਾਂ ਨੂੰ ਵੀ ਪਤਾ ਵੀ ਜ਼ਮੀਨਾਂ ਆਪਣੀਆਂ, ਜੇਕਰ ਆਪਾਂ ਨਾ ਧਰਨੇ ਲਾਏ ਤਾਂ ਆਪਣੀਆਂ ਜ਼ਮੀਨਾਂ ਸਰਕਾਰਾਂ ਨੇ ਖੋਹ ਲੈਣੀਆਂ। ਪਰ ਯਾਰ, ਅਸੀਂ 2-2, 3-3 ਕਿੱਲਿਆਂ ਵਾਲੇ ਆ, ਸਾਨੂੰ ਅਸੀਂ ਇਹ ਸੋਚਦੇ ਹਾਂ ਅਤੇ 50 ਕਿੱਲਿਆਂ ਵਾਲੇ ਘਰੇ ਕਿਉਂ ਬੈਠੇ ਨੇ, ਕਿਉਂ ਨਹੀਂ ਆਪ ਜਾਂਦੇ ਧਰਨਿਆਂ 'ਤੇ? ਜਿੱਥੋਂ ਤੱਕ ਗੱਲ ਮੈਂ ਦੱਸ ਦੇਣਾ ਵੀ ਸਾਡੇ ਕੋਲ ਜ਼ਮੀਨ ਹੈਗੀ 2-2 ਕਿੱਲੇ, 2 ਭਰਾ ਸੀ। ਅਸੀਂ ਪਿਛਲੇ ਵਾਰ ਵੀ 3 ਯੂਨੀਅਨਾਂ ਨੂੰ ਗ੍ਰਾਹੀ ਦਿੱਤੀ, ਇਸ ਵਾਰ ਵੀ ਜਿੰਨੀਆਂ ਵੀ ਸਾਡੇ ਪਿੰਡ 'ਚ ਜਥੇਬੰਦੀਆਂ ਨੇ, ਹਰ ਇੱਕ ਜਥੇਬੰਦੀ ਨੂੰ ਅਸੀਂ ਗ੍ਰਾਹੀ ਦਿੰਦੇ ਹਾਂ। ਪਰ ਜਦੋਂ ਕਿਤੇ ਗੱਲ ਆ ਜਾਂਦੀ ਆ ਤਗੜੇ ਬੰਦੇ ਦੀ, 50 ਕਿੱਲੇ ਲੈਣੇ 5,000 ਦੇ, ਤਾਂ ਉੱਥੇ ਨਾ ਗੱਲ ਇਹੀ ਸੁਣਾਈ ਜਾਊਗੀ ਯਾਰ ਫਲਾਨੇ ਸਿਉਣੇ ਤਾਂ 5,000 ਰੁਪਇਆ ਦਿੱਤਾ, ਅਤੇ ਯਾਰ ਜੇਕਰ ਉਹ ਹਿਸਾਬ ਕਿਤਾਬ ਲਾਈਏ ਤਾਂ ਉਹਦੇ ਕੋਲ ਜ਼ਮੀਨ ਵੀ 50 ਕਿੱਲੇ ਅਤੇ ਸਾਡੇ ਕੋਲ 4 ਕਿੱਲੇ ਜ਼ਮੀਨ ਹੈ, 2-2 ਕਿੱਲੇ ਹੀ ਆਉਂਦੀ ਆ, ਅਤੇ ਅਸੀਂ ਫਿਰ ਵੀ 3 ਜਥੇਬੰਦੀਆਂ ਨੂੰ ਗ੍ਰਾਹੀ ਦਿੱਤੀ ਆ, ਠੀਕ ਹੈ ਕਿ ਨਹੀਂ? ਸਾਡੀ ਤਾਂ ਫਿਰ ਵੀ ਕਿੱਲੇ ਦੇ ਹਿਸਾਬ ਨਾਲ ਆਈਏ ਤਾਂ ਅਸੀਂ ਬਹੁਤ ਵੱਧ ਪੈਸੇ ਦਿੰਦੇ ਹਾਂ ਜਥੇਬੰਦੀਆਂ ਨੂੰ, ਵੀ ਤਾਂ ਜੋ ਅਸੀਂ ਬਚੇ ਰਹੀਏ। ਪਰ ਸਾਨੂੰ ਵਾਰ ਵਾਰ ਇਹ ਕਹਿ ਕੇ ਸੁਣਾਇਆ ਜਾਂਦਾ ਯਾਰ ਤੁਸੀਂ ਪਹੁੰਚਦੇ ਨਹੀਂ, ਤੁਸੀਂ ਪਹੁੰਚਦੇ ਨਹੀਂ। ਪਰ ਇਸ ਵਾਰ ਜਿਹੜੇ ਕਿਸਾਨ ਯੂਨੀਅਨ ਦੇ ਵਿੱਚ ਅਸੀਂ ਗੌਰ ਕੀਤੀ, ਸਾਡੇ ਪਿੰਡ 'ਚੋਂ ਵੀ ਚਲੋ ਗਏ ਨੇ, ਕੁਛ ਆਸੇ ਪਾਸੇ ਪਿੰਡਾਂ 'ਚੋਂ ਗਏ ਨੇ ਜਿਨ੍ਹਾਂ ਕੋਲ ਦੋਸਤੋ 5-7 ਕਿੱਲੇ ਜ਼ਮੀਨ ਆ ਜਾਂ ਘੱਟ ਆ, ਉਹ ਬੰਦੇ ਜ਼ਿਆਦਾ ਗਿਣਤੀ ਵਿੱਚ ਗਏ ਨੇ। ਅਤੇ ਮੈਨੂੰ ਹਜੇ ਵੀ ਸੁਣਾਇਆ ਜਾਂਦਾ ਯਾਰ ਤੂੰ ਤਾਂ ਇੱਥੇ ਫਿਰਦਾ, ਤੂੰ ਗਿਆ ਨਹੀਂ। ਕਿਉਂਕਿ ਦੋਸਤੋ, ਘਰ ਦੇ ਕੰਮ ਕਾਰ ਹੁੰਦੇ ਆ, ਸੌ ਇਕੱਲਾ ਜਾਣਾ ਹੈਗਾ, ਜ਼ਰੂਰ ਪਹੁੰਚਾਂਗੇ, ਵਾਰੀ ਵਾਰੀ ਨਾਲ ਜਾਵਾਂਗੇ, ਹੈ ਨਾ? ਕੁਛ ਬੰਦੇ ਸਾਡੇ ਪਿੰਡੋਂ ਗਏ ਆ, ਜਦੋਂ ਉਹ ਆ ਗਏ ਉਸ ਤੋਂ ਬਾਅਦ ਅਸੀਂ ਜਾ ਵੜਾਂਗੇ। ਐਂ ਨਾ ਵੀ ਸਾਰਾ ਪਿੰਡ ਤਾਂ ਜਾ ਕੇ ਉੱਥੇ ਬਹਿ ਨਹੀਂ ਸਕਦਾ। ਤਾਂ ਦੋਸਤੋ, ਤੁਸੀਂ ਇਹ ਗੱਲ ਜ਼ਰੂਰ ਨੋਟ ਕਰ ਲਿਆ ਜੇ, ਕਿਤੇ ਨਾ ਕਿਤੇ ਆਪਣੀ ਕਦਰ ਨਹੀਂ ਪੈਂਦੀ, ਪਰ ਜਿੱਥੋਂ ਤੱਕ ਕਿਸਾਨੀ ਮੋਰਚੇ ਦੀ ਜਿੱਤ ਆ ਨਾ, ਉੱਥੇ ਆਪਣਾ ਸਭ ਤੋਂ ਵੱਡਾ ਯੋਗਦਾਨ ਆ। ਖਾਸ ਕਰਕੇ ਜਿਨ੍ਹਾਂ ਕੋਲ ਜ਼ਮੀਨ 5 ਕਿੱਲੇ ਆ, 2 ਕਿੱਲੇ ਆ, 3 ਕਿੱਲੇ ਆ, ਉਹਨਾਂ ਦਾ ਯੋਗਦਾਨ ਪਿਛਲੇ ਧਰਨੇ ਵਿੱਚ ਵੀ ਸਭ ਤੋਂ ਵੱਧ ਸੀ ਅਤੇ ਇਸ ਧਰਨੇ ਦੇ ਵਿੱਚ ਵੀ ਸਭ ਤੋਂ ਵੱਧ ਆ। ਹਾਂਜੀ, ਸਾਡੇ 12-13 ਘਰ ਸੀ ਪਿਛਲੇ ਵਾਰੀ ਵੀ, ਸਾਰੇ ਘਰ ਯਾਨੀ ਕਿ ਪੱਤੀ ਗਈ ਸੀ, ਅਤੇ ਇਸ ਵਾਰ ਵੀ ਹੁਣ ਕਈ ਘਰ ਗਏ ਨੇ ਵਿੱਚੋਂ, ਅਤੇ ਅਸੀਂ ਤਿਆਰੀ ਕਰ ਰਹੇ ਹਾਂ 2-3 ਦਿਨਾਂ ਤੱਕ। ਦੇਖੋ ਜੀ, ਮੈਂ ਮੋਟਰ ਛੱਡਣ ਆਇਆ ਅਤੇ ਲਾਈਟ ਨੂੰ ਡਿੱਕੀ ਜਾਂਦਾ, ਅੱਜ ਵੀ ਲਾਈਟ ਨਹੀਂ ਆਈ, ਅਤੇ ਕਿਉਂਕਿ ਕਣਕ ਭਰਨੀ ਜ਼ਰੂਰੀ ਆ, ਉੱਥੇ ਘੱਟੋ ਘੱਟ ਵੀ 10-15 ਦਿਨ ਲੱਗ ਜਾਣਗੇ। ਇਸ ਕਰਕੇ ਮੈਂ ਆਉਣਾ ਵੀ ਇਹ ਕਣਕ ਕੁਣਕ ਸਾਡੀ ਜਿਹੜੀ ਭਰੀ ਜਾਵੇ, ਕਿਉਂਕਿ ਇਸ ਤੋਂ ਮੇਰੇ ਤੋਂ ਇਲਾਵਾ ਕੋਈ ਹੋਰ ਪਾਣੀ ਲਾਉਣ ਵਾਲਾ ਹੈ ਨਹੀਂ। ਕਣਕ ਭਰ ਕੇ ਉਸ ਤੋਂ ਬਾਅਦ ਮੈਂ ਧਰਨੇ 'ਤੇ ਹੀ ਜਾਣਾ, ਅਤੇ ਘੱਟੋ ਘੱਟ 10-15 ਦਿਨ ਲਾ ਕੇ ਆਉਣੇ ਉੱਥੇ। ਤਾਂ ਦੋਸਤੋ, ਸਾਨੂੰ ਜਲੀਲ ਨਾ ਕਰਿਆ ਕਰੋ, ਜੇਕਰ ਸਾਡੇ ਕੋਲ ਜ਼ਮੀਨਾਂ ਘੱਟ ਆ, ਅਤੇ ਅਸੀਂ ਸੋਚਦੇ ਹਾਂ ਵੀ ਸਾਨੂੰ ਵੀ ਪਤਾ ਵੀ ਜ਼ਮੀਨਾਂ ਬਿਨਾਂ ਅਸੀਂ ਨਹੀਂ ਗਏ, ਪਰ ਸਾਨੂੰ ਖਤਰਾ ਘੱਟ ਆ, ਅਤੇ ਜਿਹੜੇ 50-60-70 ਕਿੱਲਿਆਂ ਵਾਲੇ ਆ ਨਾ, ਉਹਨਾਂ ਨੂੰ ਖਤਰਾ ਸਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਿਆਦਾ ਆ, ਠੀਕ ਹੈ ਕਿ ਨਹੀਂ? ਅਸੀਂ ਤਾਂ ਫਿਰ ਵੀ ਦਿਹਾੜੀਆਂ ਹੀ ਕਰਦੇ ਹਾਂ, ਇੱਕ ਹਿਸਾਬ ਦੀਆਂ 2 ਕਿੱਲੇ ਜ਼ਮੀਨ ਦਿਹਾੜੀ ਕਰਨ ਦੇ ਬਰਾਬਰ ਦਿਹਾੜੀਦਾਰ ਹੀ ਹੁੰਦਾ ਬੰਦਾ, ਵੀ ਆਪਦਾ ਕਮਾ ਕੇ ਨਾਲ ਕੋਈ ਹੋਰ ਕੰਮ ਕਰਦਾ ਹੁੰਦਾ। ਪਰ ਆਉਣ ਵਾਲੇ ਸਮੇਂ 'ਚ ਜਿਹੜੇ 50-60-70 ਕਿੱਲਿਆਂ ਵਾਲੇ ਆ ਨਾ, ਉਹਨਾਂ ਨੂੰ ਸੋਚਣਾ ਚਾਹੀਦਾ, ਅਤੇ ਕਿਤੇ ਨਾ ਕਿਤੇ ਘਰ 'ਚੋਂ ਇੱਕ ਬੰਦਾ ਉਹਨਾਂ ਦਾ ਲਾਜ਼ਮੀ ਹੋਣਾ ਚਾਹੀਦਾ, ਦਿਹਾੜੀਆਂ ਨਹੀਂ ਹੋਣਾ ਚਾਹੀਦਾ, ਦਿਹਾੜੀਆਂ ਗਿਣਤੀ ਦੇ ਵਿੱਚ ਨਹੀਂ ਆਉਂਦਾ, ਕਿਉਂਕਿ ਅਗਲੇ ਨੇ 30,000 ਰੁਪਇਆ ਲਿਆ, ਹੈ ਨਾ? ਅਸੀਂ ਵੀ ਨਾਲ ਉੱਥੇ ਮਰਦੇ ਹਾਂ, ਮੱਛਰਾਂ 'ਚ ਮਰਦੇ ਹਾਂ, ਤੁਸੀਂ ਵੀ ਮਰੋ, ਤੁਹਾਨੂੰ ਵੀ ਪਤਾ ਲੱਗੇ ਨਾ ਵੀ ਕਿਵੇਂ ਕਿਸਾਨੀ ਮੋਰਚਾ ਜਿੱਤਿਆ। ਫਿਰ ਮੁੜ ਕੇ ਉਸ ਤੋਂ ਬਾਅਦ ਛਰੇ ਸਾਰਾ ਆਪ ਲੈ ਜਾਣਗੇ ਵੱਡੇ ਘਰ, ਹੈ ਨਾ? ਅਤੇ ਇਸ ਕਰਕੇ ਬਾਈ ਜੀ, ਸਾਡੀ ਵੀ ਕਦਰ ਪੂਰੀ ਕਰਿਆ ਕਰੋ, ਅਸੀਂ ਬਾਈ ਜੀ ਗ੍ਰਾਹੀ ਪੂਰੀ ਦਿੰਦੇ ਹਾਂ। ਜੇਕਰ ਸਾਡੇ ਤੋਂ ਨਹੀਂ ਜਾਇਆ ਜਾਂਦਾ, ਤਾਂ ਸਾਡੇ ਬਹੁਤ ਸਾਰੇ ਕਿਸਾਨ ਪਹੁੰਚੇ ਹੋਏ ਉੱਥੇ, 5-5 ਕਿੱਲਿਆਂ ਵਾਲੇ, 4-4 ਕਿੱਲਿਆਂ ਵਾਲੇ, ਅਸੀਂ ਕਿਸੇ ਤੋਂ ਘੱਟ ਹੈ ਨਹੀਂ। ਸਾਡੇ ਬਹੁਤ ਸਾਰੇ ਵੀਰ ਆ ਜਿਹੜੇ ਟਰੈਕਟਰ ਲੈ ਕੇ ਗਏ ਨੇ, 25-11, 35-11, 4-4, 5-5 ਕਿੱਲਿਆਂ ਵਾਲੇ ਟਰੈਕਟਰ ਲੈ ਕੇ ਗਏ ਹੋਏ ਨੇ ਉੱਥੇ, ਠੀਕ ਹੈ ਕਿ ਨਹੀਂ? ਅਸੀਂ ਕਿਸੇ ਤੋਂ ਘੱਟ ਨਹੀਂ, ਅਤੇ ਸਾਡੀ ਯਾਰ ਕਦਰ ਜ਼ਰੂਰ ਕਰਿਆ ਕਰੋ। ਬਾਕੀ ਹਾਂ, ਅਸੀਂ ਪਹੁੰਚਾਂਗੇ, ਹੁੰਮ ਹੁਮਾ ਕੇ ਪਹੁੰਚਾਂਗੇ, ਸਾਨੂੰ ਫਿਕਰ ਆ, ਆਉਣ ਵਾਲੀ ਪੀੜ੍ਹੀ ਦਾ ਫਿਕਰ ਆ, ਆਪਦੀਆਂ ਜ਼ਮੀਨਾਂ ਦਾ ਫਿਕਰ ਆ, ਠੀਕ ਹੈ ਕਿ ਨਹੀਂ? ਪਰ ਸਾਡੇ ਨਾਲੋਂ ਵੱਧ ਤੁਹਾਨੂੰ ਫਿਕਰ ਹੋਣਾ ਚਾਹੀਦਾ, ਜੇਕਰ ਤੁਹਾਡੇ ਕੋਲ 50-60 ਕਿੱਲੇ ਜ਼ਮੀਨ ਆਉਣੇ ਨੇ, ਤਾਂ ਤੁਹਾਨੂੰ ਜ਼ਿਆਦਾ ਡਰ ਹੋਣਾ ਚਾਹੀਦਾ।